ਮਾਰਨਿੰਗ एवरीवन ਮੇਰਾ ਨਾਮ ਇੰਦਰਜੀਤ ਕੌਰ ਹੈ ਬੱਚਿਓ ਜਿਵੇਂ ਕਿ ਤੁਸੀਂ ਪਹਿਲੀ ਜਮਾਤ ਵਿੱਚ ਚਾਰ ਮਾਤਰਾਵਾਂ ਕਰਕੇ ਆਏ ਹੋ ਜਿਵੇਂ ਮੁਕਤਾ ਕੰਨਾ ਸਿਹਾਰੀ ਅਤੇ ਵਿਹਾਰੀ ਹੁਣ ਇਹਨਾਂ ਦੇ ਨਿਸ਼ਾਨ ਅਤੇ ਆਵਾਜ਼ ਬਾਰੇ ਵੀ ਆਪਾਂ ਦੇਖਦੇ ਹਾਂ ਮੁਕਤਾ ਮੁਕਤਾ ਦਾ ਨਿਸ਼ਾਨ ਕੋਈ ਨਹੀਂ ਹੁੰਦਾ ਕੰਨਾ ਕੰਨਾ ਦਾ ਨਿਸ਼ਾਨ ਸਿਹਾਰੀ ਸਿਹਾਰੀ ਦਾ ਨਿਸ਼ਾਨ ਇਹ ਹੈ ਬਿਹਾਰੀ ਬਿਹਾਰੀ ਦਾ ਨਿਸ਼ਾਨ ਇਹ ਹੈ ਹੁਣ ਇਹਨਾਂ ਦੀ ਸਾਊਂਡ ਕੀ ਹੈ ਆਵਾਜ਼ ਕੀ ਹੈ ਹੁਣ ਜਿਵੇਂ ਮੁਕਤਾ ਮੁਕਤਾ ਦੀ ਆਵਾਜ਼ ਹੈ ਅ ਕੰਨਾ ਕੰਨਾ ਦੀ ਆਵਾਜ਼ ਹੈ ਆ ਐੜੇ ਨੂੰ ਕੰਨਾ ਆ ਸਿਹਾਰੀ ਸਿਹਾਰੀ ਦੀ ਜੋ ਆਵਾਜ਼ ਹੈ ਉਹ ਹੈਗੀ ਹੈ ਏ ਈੜੀ ਸਿਹਾਰੀ ਈ ਬਿਹਾਰੀ ਬਿਹਾਰੀ ਦੀ ਸਾਊਂਡ ਹੈ ਈ ਈੜੀ ਨੂੰ ਬਿਹਾਰੀ ਈ ਹੁਣ ਜੋ ਮੁਕਤਾ ਹੈ ਮੁਕਤਾ ਮਾਤਰਾ ਸ਼ਬਦ ਅੱਖਰਾਂ ਨੂੰ ਜੋੜ ਕੇ ਬਣਦਾ ਹੈ ਜਿਵੇਂ ਆਪਾਂ ਲੈ ਲਈਏ ਚ ਚਾ ਰਾ ਰਾ ਚ ਦੋ ਅੱਖਰ ਆਪਾਂ ਲੈ ਲੇ ਇਹਨੂੰ ਕੋਈ ਮਾਤਰਾ ਨਹੀਂ ਲੱਗੀ ਇਹ ਹੈਗਾ ਮੁਕਤਾ ਮਾਤਰਾ ਦੇ ਸ਼ਬਦ ਇਹ ਮਾਤਰਾ ਤੋਂ ਮੁਕਤ ਹੈ ਹੁਣ ਆਪਾਂ ਕੰਨਾ ਕਿਸ ਤਰ੍ਹਾਂ ਯੂਜ਼ ਕਰਨਾ ਹੈ ਇਹਦੇ ਇਹੀ ਸ਼ਬਦ ਲੈ ਲੈਣੇ ਆ ਇਹੀ ਅੱਖਰ ਲੈ ਲੈਣੇ ਆ ਚ ਚੇ ਨੂੰ ਕੰਨਾ ਚਾ ਰਾ ਰਾ ਚਾਰ ਬਣ ਗਿਆ ਹੁਣ ਆਪਾਂ ਕੰਨਾ ਯੂਜ਼ ਕੀਤਾ ਨਾ ਹੁਣ ਆਪਾਂ ਸਿਹਾਰੀ ਯੂਜ਼ ਕਰਨੀ ਐ ਇਹਦੇ ਵਿੱਚ ਹੀ ਆਪਾਂ ਸਿਹਾਰੀ ਯੂਜ਼ ਕਰਕੇ ਦੇਖਦੇ ਹਾਂ ਕਿਸ ਤਰ੍ਹਾਂ ਸਿਹਾਰੀ ਯੂਜ਼ ਹੋਊਗੀ ਚ ਚੱਚੇ ਨੂੰ ਸਿਹਾਰੀ ਚ ਰਾਰਾ ਚੇਰ ਬਣ ਗਿਆ ਹੁਣ ਆਪਾਂ ਬਿਹਾਰੀ ਦੀ ਮਾਤਰਾ ਯੂਜ਼ ਕਰਦੇ ਹਾਂ ਬਿਹਾਰੀ ਦੀ ਮਾਤਰਾ ਚੱਚੇ ਨੂੰ ਬਿਹਾਰੀ ਚ ਰਾਰਾ ਚੀਰ ਹੁਣ ਇਹੀ ਆਪਾਂ ਲੈ ਕੇ ਦੋਨੋਂ ਅੱਖਰ ਇਹਨਾਂ ਵਿੱਚ ਹੀ ਆਪਾਂ ਕੰਨਾ ਵੀ ਯੂਜ਼ ਕਰ ਲਿਆ ਸਿਹਾਰੀ ਵੀ ਤੇ ਬਿਹਾਰੀ ਵੀ ਹੁਣ ਇਹ ਤੁਸੀਂ ਚਾਰੇ ਮਾਤਰਾਵਾਂ ਫਰਸਟ ਵਿੱਚ ਸਿੱਖੀਆਂ ਸੀ ਪਿਛਲੀ ਕਲਾਸ ਵਿੱਚ ਸਿੱਖ ਕੇ ਆਏ ਹੋ ਅੱਜ ਆਪਾਂ ਨਵੀਂ ਮਾਤਰਾ ਔਂਕੜ ਬਾਰੇ ਸਿੱਖਾਂਗੇ ਔਂਕੜ ਦੀ ਮਾਤਰਾ ਇਹ ਨਵੀਂ ਮਾਤਰਾ ਹੈ ਔਂਕੜ ਅੱਜ ਅਸੀਂ ਨਵੀਂ ਮਾਤਰਾ ਔਂਕੜ ਬਾਰੇ ਪੜਾਂਗੇ ਜਿਸ ਤਰ੍ਹਾਂ ਔਂਕੜ ਦੀ ਮਾਤਰਾ ਹਮੇਸ਼ਾ ਅੱਖਰ ਦੇ نیچے ਪੈਂਦੀ ਹੈ ਇਹ ਇਹਦਾ ਨਿਸ਼ਾਨ ਹੈ ਆ ਦੇਖੋ ਆ ਲਾਈਨ ਹੈ ਲਾਈਨ ਦੇ ਬਿਲਕੁਲ ਨਾਲ-ਨਾਲ ਤੁਸੀਂ ਨਿਸ਼ਾਨ ਪਾਉਣਾ ਹੈ ਦੀ ਇਹਦੀ ਆਵਾਜ਼ ਹੈ ਊੜੇ ਨੂੰ ਔਂਕੜ ਊ ਹੁਣ ਇਹ ਕਿਸ ਤਰ੍ਹਾਂ ਪਾਉਣਾ ਹੈ ਹਮੇਸ਼ਾ ਜਿਵੇਂ ਆਪਾਂ ਗੱਗਾ ਲੈ ਲਿਆ ਇੱਕ ਅੱਖਰ ਲੈ ਲੈਨੇ ਆਪਾਂ ਗੱਗਾ ਹੁਣ ਗੱਗੇ ਦੇ نیچے ਆਪਾਂ ਔਂਕੜ ਪਾਵਾਂਗੇ ਗੂ ਇਹ ਬਣ ਗਿਆ ਗੂ ਹੁਣ ਅਗਰ ਕੋਈ ਬੱਚਾ ਗੱਗਾ ਲਿਖ ਲਿਆ ਗੱਗੇ ਦੇ ਬਿਲਕੁਲ ਇਦਾਂ ਹਾਫ ਔਂਕੜ ਪਾਉਂਦਾ ਹੈ ਹਾਫ ਪਾਤਾ ਇਹ ਇਹਦੇ ਬਰਾਬਰ ਨਹੀਂ ਆਇਆ ਤੇ ਇਹ ਠੀਕ ਨਹੀਂ ਹੈ ਤੇ ਇਸੇ ਤਰ੍ਹਾਂ ਅਗਰ ਗੱਗਾ ਪਾ ਲਿਆ ਬੱਚੇ ਨੇ ਤੇ ਉਹਦੀ ਔਂਕੜ ਦੀ ਫਾਰਮੇਸ਼ਨ ਆ ਲਿਖੀ ਹੈ ਤੇ ਇਹ ਫਾਰਮੇਸ਼ਨ ਰੋਂਗ ਹੈ ਇਹਨੂੰ ਬਿਲਕੁਲ ਇਦਾਂ ਕਰਵ ਨਹੀਂ ਕਰਨਾ ਔਰ ਇਦਾਂ ਡੰਡੀ ਦੇ ਥੱਲੇ ਵੀ ਨਹੀਂ ਪਾਉਣਾ ਇਹ ਵੀ ਫਾਰਮੇਸ਼ਨ ਰੋਂਗ ਹੈ ਸਹੀ ਫਾਰਮੇਸ਼ਨ ਔਂਕੜ ਦੀ ਤੁਹਾਨੂੰ ਮੈਂ ਦੁਬਾਰਾ ਪਾ ਕੇ ਦਿਖਾਨੀ ਆ ਗੱਗਾ ਪਾ ਕੇ ਪੂਰੇ ਦਾ ਪੂਰਾ ਸਿੱਧੀ ਲਾਈਨ ਤੇ ਇਹਨੂੰ ਆਪਾਂ ਪੂਰਾ ਗੱਗੇ ਨੂੰ ਕਵਰ ਕਰ ਲੈਣਾ ਇਹਦੇ ਬਰਾਬਰ ਠੀਕ ਹੈ ਤੇ ਹੁਣ ਅਗਰ ਤੁਸੀਂ ਗੱਗਾ ਪਾ ਲਿਆ ਔਂਕੜ ਵੀ ਸਹੀ ਪਾਇਆ ਇਹਦੇ ਬਰਾਬਰ ਲੇਕਿਨ ਜੋੜ ਤਾਂ ਨਾਲ ਇਦਾਂ ਇਹ ਵੀ ਰੋਂਗ ਹੋਏਗਾ ਕਿਉਂਕਿ ਇਹ ਨਾਲ ਜੁੜਿਆ ਸਾਨੂੰ ਅਚੀ ਤਰ੍ਹਾਂ ਦਿਖੇਗਾ ਨਹੀਂ ਕਿਉਂਕਿ ਤੁਹਾਡੀ ਲਾਈਨ ਲੱਗੀ ਹੋਈ ਹੈ ਇਸ ਕਰਕੇ ਲਾਈਨ ਤੋਂ ਆਪਾਂ ਥੋੜਾ ਜਾਂ نیچے ਔਂਕੜ ਪਾਵਾਂਗੇ ਇਹ ਔਂਕੜ ਦੀ ਸਹੀ ਫਾਰਮੇਸ਼ਨ ਹੈ